आवाज क्यों ना आवे खास, या सही बात कमेंट करने चाह रहे हैं। प्रेम से बोलिएगा, बोलेगा अपने अपने सतगुरु महाराज की जय। आवाज का तो कट आउंदी है की गल तुसी अपने अपने मुर्शद नाल अपने अपने सतगुरु दे नाल प्यार कट करदे आ। भाई वेखो बहुत सारिया रूहां आ, जिन्नियां रूहां बैठिया ने सब गुरमुख बैठिया ने, मनमुख तां कोई बिरला बिरला बैठा, जिन्नियां रब दियां रूहां बैठिया जे आ सारिया रूहां ते गुरमुख ने, लेकिन बिरला बिरला जीव कोई होगा जरा मनमुख होगा जरा रब नू प्यार नहीं करता होगा जा संतां नू प्यार नहीं करता होगा। पर देखो इन्नियां सारियां रूहां रब दियां बैठियां ते फिर ताली कट बजदी है, बड़ी माड़ी गल है। ताली एदां बजाउणी आ बस, जदों फकीर कवाली सुणदा है, फकीरां दी खुराक हुंदी है कवाली, खाण नू मिले जां ना मिले, पहनण नू मिले जां ना मिले, तन ते पाए लंगोटा भी होवे ਉਹ ਵੀ ਚੋਰੇ ਚੋਰੀ ਚੁੱਕਿਆ ਜਾਵੇ, ਪਰ ਕਵਾਲੀ ਸੁਣ ਕੇ ਰਹਿੰਦੇ ਫਕੀਰ। ਫਕੀਰਾਂ ਦੀ ਖੁਰਾਕ ਜਿਹੜੀ ਹੁੰਦੀ ਹੈ ਕਵਾਲੀ ਹੁੰਦੀ ਹੈ। ਇਸ ਕਰਕੇ ਭਾਈ ਜਿਹੜੀ ਸਾਡੀ ਖੁਰਾਕ ਹੈ ਇਹਨੂੰ ਆਪਾਂ ਸੁਣਦੇ ਹਾਂ, ਰਾਤ ਸੁਣਦੇ ਹਾਂ, ਦਿਨੇ ਸੁਣਦੇ ਹਾਂ ਜਾਂ ਭੰਡਾਰਿਆਂ ਵਿੱਚ ਸੁਣਦੇ ਹਾਂ। ਪਰ ਵੇਖੋ ਤਾਲੀ ਆਪਾਂ ਬੈਠੇ ਹਾਂ ਬਾਬਾ ਦੇ ਚਰਨਾਂ ਵਿੱਚ, ਸੰਤਾਂ ਮਹਾਤਮਾ ਦੇ ਚਰਨਾਂ ਦੇ ਵਿੱਚ ਬੈਠੇ ਹਾਂ, ਅਤੇ ਖੁੱਲ੍ਹ ਕੇ ਤਾਲੀ ਵਜਾਉਣੀ ਚਾਹੀਦੀ ਹੈ। ਅੱਜ ਤਾਂ ਵਰਖਾ ਨਹੀਂ ਤੇਜ਼ ਹੁੰਦੀ ਹੈ, ਦੜ ਦੜ ਵਰਖਾ ਪੈਂਦੀ ਆ, ਇਸੇ ਤਰ੍ਹਾਂ ਵੀ ਤਾਲੀ ਜਾਤ ਕਵਾਲੀ ਚਲੂਗੀ, ਤੁਸੀਂ ਦੜ ਦੜ ਤਾਲੀ ਵਜਾਉਣੀ ਹੈ, ਜ਼ਬਰਦਸਤ ਤਾਲੀ ਵਜਾਉਣੀ ਹੈ। ਜਿਹੜੇ ਬਾਬਾ ਜੀ ਨੂੰ ਪਿਆਰ ਕਰਦੇ ਹੋਣਗੇ ਉਹ ਰੱਜ ਕੇ ਤਾਲੀ ਵਜਾਉਣਗੇ। ਬਸ ਆ ਜਿਹੜੇ ਬਾਬਾ ਜੀ ਨੂੰ ਮੰਨਦੇ ਆ, ਬਾਬਾ ਜੀ ਨੂੰ ਪਿਆਰ ਕਰਦੇ ਜੇ ਉਹਨਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਕਵਾਲੀ ਸੁਣਨੀ ਹੈ ਅਤੇ ਤਨ ਮਨ ਤਨ ਕਰਕੇ ਤਾਲੀ ਵਜਾਉਣੀ ਹੈ। ਬਾਬਾ ਬੁੱਲੇ ਸ਼ਾਹ ਜੀ ਲਿਖਦੇ ਨੇ ਕਿ ਬੁੱਲਿਆ ਕਾਫਰ ਲੋਕ ਜਹਾਨ ਦੇ ਭੁੱਲੇ ਫਿਰਦੇ ਸਭ। ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਨੇ ਆਪਣੀ ਫਰਮਾਉਂਦੇ ਨੇ ਕਿ ਬੁੱਲਿਆ ਕਾਫਰ ਲੋਕ ਜਹਾਨ ਦੇ ਭੁੱਲੇ ਫਿਰਦੇ ਸਭ, ਸਾਹਮਣੇ ਬੈਠ ਕੇ ਪੀਰ ਕੇ ਸਾਹਮਣੇ ਬਹਿ ਕੇ ਪੀਰ ਦੇ ਫਿਰ ਵੀ ਪੁੱਛਦੇ ਰੱਬ। ਹਾਂ ਭਾਈ ਹੁਣ ਉਲਾਮਾ ਨਹੀਂ ਆਉਣਾ ਚਾਹੀਦਾ ਹੈ, ਸਾਰਿਆਂ ਨੇ ਜਦ ਤੱਕ ਵਾਲੀ ਚਲੂਗਾ ਤਦ ਤੱਕ ਦੱਬ ਕੇ ਤਾਲੀ ਵਜਾਉਣੀ ਹੈ, ਪੇਸ਼ ਕੀਤਾ ਜਾਵੇ। ਪੜ ਪੜ ਦੇ ਆਲਮ ਤੇ ਫਾਜ਼ਿਲ ਹੋਏ ਅਜਾਨਾ ਹੋ ਗਏ ਸ਼ਰਮ ਭਾਜੀ ਹਲੇ ਜਿੱਥੇ ਮੇਲਾ ਸੀ ਤੇ ਕਰਦਾ ਪਏ। ਅੱਜ ਇੱਥੇ ਸੂਈ ਚੱਕੀ ਸੀ ਨਾ, ਜਿੱਥੋਂ ਸੂਈ ਚੱਕੀ ਸੀ ਸੂਈ ਨੂੰ ਉੱਥੇ ਰੱਖਣਾ ਹੈ। ਚਲੀਏ ਹਲੇ 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 ਅਜਾਨਾ ਸ਼ਰਮ ਹੋ ਗਏ ਭਾਜੀ ਆ ਮੇਰਾ ਮਾਈਕ ਹਲ ਗਿਆ ਹਲੇ ਕਾੜੀ ਰੱਖੇ। ਕਦੀ ਆਪਣੇ ਆਪ ਨੂੰ ਪੜਿਆ ਨਹੀਂ, ਕਦੇ ਆਪਣੇ ਆਪ ਨੂੰ ਪੜਿਆ ਨਹੀਂ, ਕਦੇ ਆਪਣੇ ਆਪ ਨੂੰ ਪੜਿਆ ਨਹੀਂ, ਕਦੇ ਆਪਣੇ ਆਪ ਨੂੰ ਪੜਿਆ ਨਹੀਂ। Hey, hey, hey.
ਆਪਣੇ ਨੂੰ ਪੁੱਛਿਆ ਪਰਵਾਨਾ ਸਾਹਿਬ ਵੀ ਆਸ਼ਕ ਹੋਇਆ ਸ਼ਮਾ ਦੇ ਪਰਵਾਨਾ ਜਿੱਥੇ ਸ਼ਮਾ ਵੇਖੀ ਪਰਵਾਨਾ ਉੱਥੇ ਹੀ ਮਰ ਗਿਆ ਹਾਏ ਹਾਏ ਥੋੜ੍ਹਾ ਬੇਸ ਕਰਿਆ ਨਹੀਂ ਜ਼ਿਆਦਾ ਸ਼ਾਰਪ ਹੋ ਗਿਆ ਮੈਂ ਮਾਈਕ ਦਿੱਤੇ ਹੈਗਾ ਸੀ ਉੱਥੇ ਮਰ ਜਿੱਥੇ ਸ਼ਮਾ ਵੇਖੀ ਪਰਵਾਨਾ ਉੱਥੇ ਮਰ ਗਿਆ ਤੇ ਕਿਸੇ ਨੇ ਪਰਵਾਨੇ ਨੂੰ ਪੁੱਛਿਆ ਯਾਰ ਜਿੱਥੇ ਸ਼ਮਾ ਵੇਖਣਾ ਉੱਥੇ ਮਰ ਜਾਣਾ ਕੋਈ ਗੱਲਬਾਤ ਤਾਂ ਕਰ ਲਿਆ ਕਰ ਤੇਰੀ ਮਸ਼ਹੂਰਤਾ ਕਿਸੇ ਨੇ ਪੁੱਛਿਆ ਪਰਵਾਨੇ ਨੂੰ ਜਿੱਥੇ ਸ਼ਮਾ ਵੇਖਣਾ ਉੱਥੇ ਖਤਮ ਹੋ ਜਾਣਾ ਤੇ ਪਰਵਾਨਾ ਕਹਿੰਦਾ ਤੈਨੂੰ ਕੀ ਲੱਗਦਾ ਮੈਂ ਪਹਿਲਾਂ ਮਰ ਜਾਣਾ ਮੇਰੇ ਨਾਲ ਪਹਿਲਾਂ ਸ਼ਮਾ ਮਰੀ ਹੁੰਦੀ ਕਿਸੇ ਪਰਵਾਨੇ ਨੂੰ ਪੁੱਛਿਆ ਤੈਨੂੰ ਸੜਕੇ ਕੀ ਲੱਗਦਾ ਕਿਆ ਬਾਤ ਕਿਸੇ ਪਰਵਾਨੇ ਨੂੰ ਪੁੱਛਿਆ ਤੈਨੂੰ ਸੜਕੇ ਕੀ ਮਿਲਦਾ।